सत श्री अकाल। नवीआं ते ताजीआं खबरां देखण लई साडे एतिमान चैनल नूं सबसक्राइब करो अते बैल आइकन दबाणा ना भुल्लो। वाहिगुरु जी का खालसा, वाहिगुरु जी की फतेह। समूह संगत नूं बेनती है, अज गुरद्वारा हरगोबिंदगढ़ साहिब धमाल चैनल की टीम पहुंची है। इत्थे वीर साढ़े तो साढ़े को अमृतसर तो श्री अमृतसर साहिब तो संगत आई है पैदल यात्रा दमदमी टकसाल जथा भिंडरा मेहता वालों। यह यात्रा श्री अकाल तख्त साहब श्री अमृतसर साहब तो श्री हेमकुंड साहब 32वीं महान पैदल यात्रा इसदे महान योधे सूरवीर महापुरख बाबा संत बाबा जरनैल सिंह जी भिंडरांवाले खालसा जी और टकसाल के मुखी संत हरनाम सिंह जी खालसा भिंडरांवाले उन्हां दी रहनुमाई दे हेठ समूह संगतां दे सहयोग दे नाल इन्हां ने इलाके दी अमृतसर दी संगतां इत्थे गुरद्वारा हरगोबिंदगढ़ साहिब पहुंचियां। सारिया संगतां नूं जी आयां नूं जिहड़े राहां नूं आए उन्हां राहां नूं भी नमस्कार। सारिया संगतां वल्लों कुराली दीआं इलाके दीआं संगतां वल्लों समूह बीबियां सुखमनी साहिब जथा हैड ग्रंथी बलविंदर सिंह अते प्रधान सवर्ण सिंह जी अते समूह नौजवान बजुर्ग बच्चे सिख नानक नाम लेवा संगतां बड़े पद्धर दे विच बड़े उत्साह चाव दे नाल गुरु गोबिंद सिंह साहिब जी दे संगतां संगत महाराज का रूप है, खालसा मेरा रूप है खास। गुरु गोबिंद सिंह महाराज बड़ी श्रद्धा भावना के नाल संगतां दर्शन कर रही हैं अते लाहा प्राप्त कर रही हैं। खालसा वाहिगुरु जी की फतेह। यात्रा श्री अकाल तख्त साहिब अमृतसर तो पैदल यात्रा श्री हेमकुंड साहिब नूं जा रही जी। ਤੁਹਾਨੂੰ ਕਿੱਥੋਂ ਬਲ ਪ੍ਰਾਪਤ ਹੁੰਦਾ ਹੈ, ਕਿਵੇਂ ਉਤਸ਼ਾਹ ਮਿਲਦਾ? ਉਤਸ਼ਾਹ ਗੁਰੂ ਮਹਾਰਾਜ ਦੀ ਮਿਹਰ ਸਦਕੇ ਹੀ ਇਹ ਉਤਸ਼ਾਹ ਆ। ਸਾਰੀ ਸੰਗਤ 'ਚ ਬੜਾ ਪ੍ਰੇਮ ਪਿਆਰ ਆ, ਸਾਰੀ ਸੰਗਤ ਨੂੰ ਇਹ ਉਤਸ਼ਾਹ ਆ ਵੀ ਅਸੀਂ ਪੈਦਲ ਜਾ ਕੇ ਕਲਗੀਆਂ ਵਾਲੇ ਦੇ ਦਰਸ਼ਨ ਦਿਦਾਰੇ ਕਰੀਏ, ਇਹ ਸਾਡਾ ਕਦਮ ਕਦਮ ਸਵਾਸ ਵਾਸ ਲੇਖੇ ਲੱਗ ਸਕੇ। ਇਹ ਜਿਹੜੀ ਤੁਹਾਡੀ ਚੱਲੀ ਹੋਈ ਸੰਗਤ ਹੈ, ਪੁਰਾਤਨ ਮਹਾਂਪੁਰਖਾਂ ਨੇ ਜੱਪੀ ਤੱਪੀਆਂ ਦੀ ਸੰਗਤ ਹੈ, ਤੁਹਾਨੂੰ ਉਹਨਾਂ ਦੀਆਂ ਪੂਰੀਆਂ ਅਸੀਸਾਂ ਮਿਲੀਆਂ ਹੋਈਆਂ, ਤੁਹਾਡਾ ਜਿਹੜਾ ਸਫ਼ਰ ਹੈ ਕਿਵੇਂ ਤੁਸੀਂ ਤੈਅ ਕਰਦੇ ਹੋ? ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਆਪ ਹੀ ਸਫ਼ਰ ਤੈਅ ਕਰਾਈ ਜਾਂਦਾ ਹੈ। ਨਾਮ ਜਪਦਿਆਂ ਸਾਰੀਆਂ ਮਾਈਆਂ ਭਾਈ ਵੀਰ ਸਾਰੇ ਕਦਮ ਕਦਮ ਮਹਾਰਾਜ ਆਪ ਹੀ ਕਰਾਈ ਜਾਂਦਾ ਹੈ ਅਤੇ ਇਹੀ ਅਰਦਾਸ ਕਰਦੇ ਮਹਾਰਾਜ ਜਿਹੜੀ ਰਹਿੰਦੀ ਯਾਤਰਾ ਉਹ ਵੀ ਆਪ ਮਿਹਰ ਭਰਿਆ ਸਿਰ 'ਤੇ ਰੱਖ ਕੇ ਸਾਡਾ ਕਦਮ ਕਦਮ ਸਵਾਸ ਵਾਸ ਲੇਖੇ ਲਾਇਓ ਅਤੇ ਆਪਣੇ ਖੁੱਲ੍ਹੇ ਦਰਸ਼ਨ ਦਾਰੇ ਬਖਸ਼ਿਓ ਜੇ। ਦੇਖਣ 'ਚ ਆਇਆ ਬਹੁਤ ਬੱਚੇ ਵੀ ਆ ਤੁਹਾਡੇ ਨਾਲ, ਬਜ਼ੁਰਗ ਵੀ ਆ, 80 ਸਾਲ ਪਲੱਸ ਬਜ਼ੁਰਗ ਵੀ ਆ। ਹਾਂਜੀ, ਇਹ ਤਾਂ ਨੌਜਵਾਨਾਂ ਤੋਂ ਵੀ ਬੜੇ ਉੱਪਰ ਉੱਠ ਕੇ ਸਿਮਰਨ ਕਰਦੇ ਜਾ ਰਹੇ ਆ, ਇਹਨਾਂ ਨੂੰ ਵੀ ਬਲ ਸਿਮਰਨ, ਕੋਈ ਬੰਦਾ ਆਪਣੀ ਹਿੰਮਤ ਹੌਸਲੇ ਨਾਲ ਤਾਂ ਨਹੀਂ ਜਾ ਰਿਹਾ, ਆਪਣੇ ਨਾਮ ਦੇ ਆਸਰੇ ਜਾ ਰਿਹਾ। ਇਹ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕੇ ਹੀ ਆ, ਆਪਣੇ ਹੁਕਮ ਬਲ ਦੇ ਨਾਲ ਤਾਂ ਆਪਾਂ ਕਦਮ ਵੀ ਨਹੀਂ ਪੁੱਟ ਸਕਦੇ, ਇਹ ਉਹਦੇ ਹੁਕਮ ਅਨੁਸਾਰ ਹੀ ਆ। ਉਹੀ ਯਾਤਰਾ ਕਰਾ ਰਿਹਾ ਅਤੇ ਅਸੀਂ ਕਰ ਰਹੇ ਹਾਂ, ਨਹੀਂ ਕਿ ਅਸੀਂ ਨਹੀਂ ਇੰਨੇ ਯੋਗ ਹੈਗੇ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ, ਆਈਨਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ, ਆਪ ਨਿਰੰਕਾਰ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੁਹਾਡੇ ਨਾਲ ਸੰਗਤਾਂ ਦੇ ਵਿੱਚ ਆਪ ਵਿਚਰਦੇ ਆ ਮਹਾਰਾਜ ਸਰੀਰ ਕਰਕੇ, ਹਾਂਜੀ ਤੁਹਾਨੂੰ ਮਹਿਸੂਸ ਹੁੰਦਾ? ਹਾਂਜੀ ਮਹਾਰਾਜ, ਬਹੁਤ ਕੌਤਕ ਵੀ ਵਰਤਦੇ ਆ ਕਿ ਮਹਿਸੂਸ ਵੀ ਹੁੰਦਾ ਕਈ ਵਾਰ, ਐਂ ਬੰਦਾ ਥੱਕ ਟੁੱਟ ਜਾਂਦਾ ਫਿਰ ਇਹੋ ਜਿਹੀ ਪਾਵਰ ਮਿਲਦੀ ਜਿੱਦਾਂ ਉੱਡਿਆ ਹੀ ਜਾਂਦਾ ਵਾ। ਇਹ ਸਤਿਗੁਰ ਦੀਆਂ ਮਿਹਰਾਂ ਜਿਹੜੇ ਉਹ ਕਦਮ ਕਦਮ ਸਾਨੂੰ ਲਈ ਜਾਂਦੇ ਆ ਫੁੱਲਾਂ ਵਾਂਗ, ਨਹੀਂ ਕਿ ਬੰਦਾ ਨਹੀਂ ਇੰਨਾ ਤੁਰ ਸਕਦਾ, ਕਈ ਵਾਰ 40 ਕਿਲੋਮੀਟਰ 50 ਕਿਲੋਮੀਟਰ ਪੈਂਦਾ, 35 ਕਿਲੋਮੀਟਰ 42 ਕਿਲੋਮੀਟਰ, ਇਹ ਸਤਿਗੁਰ ਹੀ ਕਰਾਉਂਦਾ ਹੈ, ਨਹੀਂ ਕਿ ਅਸੀਂ ਨਹੀਂ ਕਰ ਸਕਦੇ। ਅੱਜ ਸਾਨੂੰ ਬਹੁਤ ਨਾਸਮਾਨ ਚੀਜ਼ਾਂ ਵੀ ਬਹੁਤ ਸਾਨੂੰ ਪਦਾਰਥ ਦਿੱਤੇ, ਪਦਾਰਥਵਾਦੀ ਯੁੱਗ ਹੈ, ਏ ਸੀ ਵਾਲੇ ਕਮਰੇ 'ਚ ਬੈਠੇ ਹਾਂ ਅਤੇ ਹੋਰ ਵੀ ਸਾਨੂੰ ਬਹੁਤ ਫੈਸਿਲਿਟੀਆਂ ਦਿੱਤੀਆਂ, ਕੋਠੀਆਂ ਦਿੱਤੀਆਂ, ਪੋਤੇ ਪੁੱਤ ਹੋਰ ਬਹੁਤ ਦਾਤਾਂ ਦਿੱਤੀਆਂ, ਪਰ ਅਸੀਂ ਨਾਮ ਤੋਂ ਬਹੁਤ ਦੂਰ ਹਾਂ। ਹਾਂਜੀ, ਇਹ ਕਿਆ ਸੁਨੇਹਾ ਦੇਣਾ ਚਾਹੁੰਦੇ ਸੰਗਤ? ਮੈਂ ਤਾਂ ਇਹੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਜਿੱਥੇ ਮਹਾਰਾਜ ਨੇ ਸਾਨੂੰ ਇੰਨੀਆਂ ਸਿੱਖ ਸਹੂਲਤਾਂ ਦਿੱਤੀਆਂ ਹੈਗਾ, ਉੱਥੇ ਆਪਾਂ ਸਤਿਗੁਰ ਦਾ ਸ਼ੁਕਰਾਨਾ ਕਰੀਏ। ਜੇ ਕਿਤੇ ਆਪਾਂ ਪਿੱਛੇ ਝਾਤੀ ਮਾਰ ਕੇ ਵੇਖੀਏ, ਵੇਖੋ ਆਪਣੇ ਬਜ਼ੁਰਗਾਂ ਨੇ ਕਿੰਨੀਆਂ ਕਿੰਨੀਆਂ ਘਾਲਣਾਂ ਘਾਲੀਆਂ ਮਾਈਆਂ ਨੇ, ਅਤੇ ਆਪਾਂ ਨੂੰ ਕਿ ਮਹਾਰਾਜ ਨੇ ਸੁੱਖ ਹੀ ਬਹੁਤ ਦਿੱਤਾ, ਹੁਣ ਤਾਂ ਨਾਮ ਜਪਣ ਦੀ ਢਿੱਲ ਆ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਨਾਮ ਜਪੋ ਅਤੇ ਗੁਰੂ ਦੇ ਲੇਖੇ ਆਹ ਜਨਮ ਲਾਈਏ, ਕਿਉਂਕਿ ਇਹ ਮਾਨਸ ਦੇਹ ਜਿਹੜੀ ਹੈਗਾ ਇਹ ਨਾਮ ਜਪਣ ਨੂੰ ਹੀ ਮਿਲੀ ਆ, 84 ਲੱਖ ਗੇੜੇ 'ਚੋਂ ਇੱਕ ਮਾਨਸ ਦੇਹ ਹੀ ਜਨਮ ਜਿਹੜਾ ਇਹ ਸਾਧਨ ਮਿਲਿਆ ਹੈ,
आत्मा दे नाल ते परमात्मा दे नाल मेल होण करके आपां जिथे दुनियावी धंधे करदे उत्थे सतगुर नूं वी जरूर ढाई घंटे का रोज़ का दसवंध देना जरूरी आ। सारी संगत नूं यही बेनती आ जिन्ना वध चढ़ के संगत हो सके संगत करो, नाम जपो, गुरु घर की यात्रा करो, दर्शन दारे करो, निम्रता रखो, सब नूं यही बेनती करदा है। संत ज्ञानी जरनैल सिंह जी महाराज का जो जीवन पढ़ते हैं उन्होंने बहुत बड़ा नेम तो बहुत प्रतापी महापुरख है, पूर्ण जपी तपी महान योधे आए हैं, उन्होंने भी पूरे अपने वर्ल्ड के अपने सिख संगत बहुत असीसा मिली, उन्होंने भी बहुत थोड़े पर प्रताप है। हाँ जी जी, उन्हों की कहीं देन दे नहीं सकते जिनी वो साढ़े तो परोपकारी कर गए ने, तो अही चाहते कि योजा संत फिर आ जाए तो जेडे भुले भड़की दुनिया सीधे राय पै सके। जो संतां दा जीवन ही ते उहदे कहण कथन तो बाहर आ, मतलब कहा ही नहीं जा सकता जिन्हें उन्होंने मतलब परोपकार किए। माता जी तुसीं पहुंचे अमृतसर तो, हाँ जी, क्या सुनेहा देना चाहुंदे संगतां नूं भी भाई? वाहिगुरु जी का खालसा, वाहिगुरु जी की फतेह। असीं टांडे नगर तो आए हाँ अमृतसर वालियां संगतां नाल, अंग्रेज़ बाबा जी दे नाल ओह पहुंचियां रूहां ने सचखंड पहुंचियां ने, सानू भी जोड़िया वा, साड़ी यात्रा सफल करे बाबा जी, तां दुरुस्तियां देवे, कारज रास करे, सारी संगत की यात्रा सफल करे, नानक नाम चढ़दी कला तेरे भाणे सरबत। अमृतसर तो पहुंचे हैं? हाँ जी, गुरु वाले बने हैं, सारे चिंते चोरे जिंदगी दे खत्म होए वे हैं। हाँ जी हाँ, संगतां नूं भी नाल जोड़ो ते तुसीं गुरमुख बंदे हैं। हाँ जी, क्या सुनेहा कहना चाहुंदे हो कुराली जी? असीं तो यही कहांगे भी तुसीं गुरु महाराज दे नाल जुड़ो संगतो, जिस तरह अही कदम कदम चल के गुरु घर जाने आपां सारे चलीए ते महाराज दीआं खुशियां प्राप्त करिए। चलो एक धारना पढ़ लीए, गुरु गोबिंद सिंह वर्गा ना कोई होया ते ना कोई होना, गुरु गोबिंद सर वर्गा ना कोई होया ना कोई होना। नरेंद्र सिंह किन्नी वारी आए हो? दूसरी वारी। ए हेमकुंड साहब हुण तुसीं कदों पहुंचना है? चलो ये तो यात्रा भागा नाल मिलती है, क्योंकि कोई एक बारी भी नहीं गया, कोई बिना यात्रा करे ये यात्रा संसार से चले गया, ये तो कर्मा नाल मिलती है। भैन जी है महाराज दे।